ਦੋਸਤੋ ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਜੋੜਦੇ ਆਂ ਖਬਰ ਜੁੜੀ ਹੋਈ ਹੈ ਜੀ ਸਿੱਧੂ ਮੂਸੇਵਾਲੇ ਦੇ ਕਤਲ ਦੇ ਨਾਲ ਦਰਸਲ ਕਿ SYL ਗਾਣੇ ਦੇ ਨਾਲ ਖਬਰ ਜੁੜੀ ਹੋਈ ਹੈ ਜਿੱਥੇ ਕਿ ਸਿੱਧੂ ਦਾ ਕਤਲ ਪਹਿਲਾਂ ਹੋ ਜਾਂਦਾ ਹੈ ਤੇ SYL ਗੀਤ ਜਿਹੜਾ ਰਿਕਾਰਡ ਹੋਇਆ ਪਿਆ ਸੀ ਉਹਨੂੰ ਸਿੱਧੂ ਜੀ ਮੌਤ ਤੋਂ ਬਾਅਦ ਰਿਲੀਜ਼ ਕੀਤਾ ਜਾਂਦਾ ਹੈ ਤੇ ਜਿਸ ਗਾਣੇ ਨੂੰ 23 ਤਰੀਕ ਨੂੰ ਰਿਲੀਜ਼ ਕੀਤਾ ਗਿਆ ਸੀ ਤੇ 26 ਤਰੀਕ ਨੂੰ ਉਸ ਗਾਣੇ ਤੇ ਭਾਰਤ ਦੇ ਵਿੱਚ ਬੈਨ ਲਗਾ ਦਿੱਤਾ ਜਾਂਦਾ ਹੈ ਤੇ ਕਾਰਨ ਕੀ ਰਹੇ ਨੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਦਰਅਸਲ ਇਸ ਗਾਣੇ ਨੂੰ ਤੁਸੀਂ ਤਕਰੀਬਨ ਤਕਰੀਬਨ ਹੁਣ ਤੱਕ ਸੁਣ ਹੀ ਲਿਆ ਹੋਣਾ ਸਿੱਧੂ ਮੂਸੇਵਾਲੇ ਦੇ SYL ਗਾਣੇ ਦੀ ਲੀਗਲ ਕੰਪਲੀਟ ਜਿਹੜੀ ਸੀ ਕਰਨ ਵਾਲਾ ਆਪ ਦਾ ਦਿੱਲੀ ਦਾ ਰਾਜ ਸਭਾ ਮੈਂਬਰ ਤੇ ਹਰਿਆਣਾ ਆਪ ਦਾ ਇੰਚਾਰਜ ਸੁਸ਼ੀਲ ਗੁਪਤਾ ਹੀ ਹੈ ਜਿਸ ਦੀ ਆਵਾਜ਼ SYL ਗਾਣੇ ਦੇ ਵਿੱਚ ਕੇਜਰੀਵਾਲ ਤੇ ਉਸ ਦਾ ਲਾਣਾ ਪੰਜਾਬ ਵਿਰੋਧੀ ਦੱਸਿਆ ਜਾ ਰਿਹਾ ਹੈ ਕਿਉਂਕਿ ਉਸ ਗਾਣੇ ਦੀ ਸ਼ੁਰੂਆਤ ਜਿਹੜੀ ਹੈ ਸੁਸ਼ੀਲ ਗੁਪਤਾ ਦੇ ਬਿਆਨ ਤੋਂ ਹੁੰਦੀ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ 2025 ਦੇ ਵਿੱਚ ਹਰਿਆਣੇ ਦੀ ਹਰ ਇੱਕ ਡੌਲ ਦੇ ਵਿੱਚ ਐਸਵਾਈਐਲ ਨਹਿਰ ਦਾ ਪਾਣੀ ਤੁਸੀਂ ਖੁਦ ਵੇਖੋਗੇ ਇਸ ਕਰਕੇ ਉਸ ਗਾਣੇ ਦੀ ਸ਼ੁਰੂਆਤ ਸੁਸ਼ੀਲ ਗੁਪਤਾ ਦੇ ਬਿਆਨ ਤੋਂ ਹੁੰਦੀ ਹੈ ਤੇ ਉਸ ਤੋਂ ਬਾਅਦ ਉਸ ਗਾਣੇ ਦੇ ਵਿੱਚ ਜੋ-ਜੋ ਗੱਲਾਂ ਕਹੀਆਂ ਗਈਆਂ ਨੇ ਉਹ ਸਾਰੀਆਂ ਗੱਲਾਂ ਤੇ ਕਿਤੇ ਨਾ ਕਿਤੇ ਗੌਰ ਕਰਨ ਵਾਲੀ ਹੈ ਤੇ ਕਿਉਂ ਪੱਗਾ ਨਾ ਖਿੰਦਾ ਫਿਰਦਾ ਟੋਪੀ ਵਾਲਿਆ ਤੇ ਦਰਸਲ ਝਾੜੂ ਵਾਲੇ ਆਮ ਆਦਮੀ ਪਾਰਟੀ ਵਾਲੇ ਸਿਰ ਤੇ ਟੋਪੀ ਲੈਂਦੇ ਨੇ ਜਿਹੜੀ ਕਿ ਜਿਸ ਤਰੇ ਝਾੜੂ ਦਾ ਨਿਸ਼ਾਨ ਛਪਿਆ ਹੋਇਆ ਹੈ ਤੇ ਆਮ ਆਦਮੀ ਪਾਰਟੀ ਲਿਖਿਆ ਹੋਇਆ ਹੈ ਤੇ ਦਰਸਲ ਇਹ ਗੱਲ ਵੀ ਖਟਕਦੀ ਪਈ ਹੈ ਤੇ ਉਹਨਾਂ ਦਾ ਮੰਨਣਾ ਹੈ ਕਿ ਇਹ ਗੱਲ ਸਾਨੂੰ ਕਹੀ ਗਈ ਹੈ ਤੇ ਗੱਲ ਕਰੀਏ ਕਿ ਇਹ ਇਸ ਮਾਮਲੇ ਨੂੰ ਦਬਾਉਣ ਦੇ ਲਈ ਲੋਕਾਂ ਦੇ ਵਿੱਚ ਜਾਗਰੂਕਤਾ ਨਾ ਆਵੇ ਤੇ ਇਸ ਗਾਣੇ ਦੀ ਲੀਗਲ ਕੰਪਲੇਂਟ ਜਿਹੜੀ ਹੈ ਉਹ ਕੀਤੀ ਗਈ ਹੈ ਸੁਸ਼ੀਲ ਗੁਪਤਾ ਦੇ ਵੱਲੋਂ ਤੇ ਦਰਸਲ ਇਸ ਗਾਣੇ ਦੇ ਬੋਲਾਂ ਦੇ ਉੱਪਰ ਇਤਰਾਜ਼ ਜਿਹੜਾ ਉਹ ਜਤਾਇਆ ਗਿਆ ਹੈ ਇੱਕ ਤੇ ਟੋਪੀ ਵਾਲੀ ਗੱਲ ਤੇ ਇਤਰਾਜ਼ ਜਤਾਇਆ ਗਿਆ ਤੇ ਦੂਜੀ ਗੱਲ ਕਰੀਏ ਉਸ ਦਾ ਹੀ ਬਿਆਨ ਉਸ ਗਾਣੇ ਦੇ ਵਿੱਚ ਬਿਲਕੁਲ ਸ਼ੁਰੂਆਤ ਤੇ ਲਾਇਆ ਗਿਆ ਤੇ ਇਸ ਇਸ ਗੱਲ ਨੂੰ ਲੈ ਕੇ ਵੀ ਇਸ ਗਾਣੇ ਦੀ ਸ਼ੁਰੂਆਤ ਤੇ ਵੀ ਜਿਹੜੀ ਹੈ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ ਇਸ ਕਰਕੇ ਭਾਰਤ ਵਿੱਚ ਇਸ ਗਾਣੇ ਨੂੰ ਬੈਨ ਕਰਵਾਇਆ ਗਿਆ ਹੈ ਤੇ ਦਰਸਲ ਗੱਲ ਕਰੀਏ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉਸਤੇ ਵੀ ਸਵਾਲ ਉੱਠ ਰਹੇ ਨੇ ਕਿ ਇਸ ਗਾਣੇ ਨੂੰ ਬੈਨ ਕਰਵਾਉਣ ਦੇ ਵਿੱਚ ਪੰਜਾਬ ਸਰਕਾਰ ਦਾ ਵੀ ਹੱਥ ਹੈ ਤੇ ਕਿਉਂਕਿ 23 ਤਰੀਕ ਨੂੰ ਜਿਮਨੀ ਚੋਣਾਂ ਹੁੰਦੀਆਂ ਨੇ ਜਿਸ ਦਿਨ ਇਹ ਗਾਣਾ ਰਿਲੀਜ਼ ਹੁੰਦਾ ਹੈ ਤੇ 26 ਤਰੀਕ ਨੂੰ ਜਿਸ ਤਰ੍ਹਾਂ ਰਿਜ਼ਲਟ ਆਉਂਦਾ ਹੈ ਰਿਜ਼ਲਟ ਆਉਣ ਤੋਂ ਪਹਿਲਾਂ ਪਹਿਲਾਂ ਇਸ ਗਾਣੇ ਨੂੰ ਬੈਨ ਕਰਵਾ ਦਿੱਤਾ ਜਾਂਦਾ ਹੈ ਲੋਕਾਂ ਦਾ ਮੰਨਣਾ ਹੈ ਕਿ ਇਸ ਗਾਣੇ ਨੇ ਆਮ ਆਦਮੀ ਪਾਰਟੀ ਦੇ ਪੈਰ ਉਖੇੜ ਦਿੱਤੇ ਨੇ ਸੰਗਰੂਰ ਦੇ ਵਿੱਚੋਂ ਸੰਗਰੂਰ ਦੀ ਜਿਮਨੀ ਚੋਣ ਸੰਗਰੂਰ ਤੋਂ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਸਿਮਰਨਜੀਤ ਸਿੰਘ ਮਾਨ ਜਿੱਥੋਂ ਕਿ ਜੇ ਤ ਦਰਜ ਕਰ ਚੁੱਕੇ ਨੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਇਹ ਗਾਣਾ ਜਿਹੜਾ ਰਿਲੀਜ਼ ਕੀਤਾ ਗਿਆ ਸੀ ਬੜੀ ਸੋਚ ਸਮਝ ਕੇ ਕਿਉਂਕਿ ਇਹ ਗਾਣਾ ਪਹਿਲੋ ਹੀ ਲੀਕ ਹੋ ਚੁੱਕਿਆ ਸੀ 20 ਜੂਨ ਨੂੰ ਇਸ ਗਾਣੇ ਦੀ ਜਿਹੜੀ ਹੈ ਬੋਲ ਪਹਿਲੇ ਲੀਕ ਹੋ ਜਾਂਦੇ ਨੇ ਉਸ ਤੋਂ ਬਾਅਦ ਪਰਿਵਾਰ ਨੇ ਭਰੇ ਹੋਏ ਮਨ ਦੇ ਨਾਲ ਦੁਖੀ ਹੋ ਕੇ ਆਫੀਸ਼ੀਅਲ ਤੌਰ ਤੇ ਇਸ ਗਾਣੇ ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਸੀ ਇਸ ਗਾਣੇ ਨੂੰ ਫਿਰ ਬਾਅਦ ਵਿੱਚ ਰਿਲੀਜ਼ ਕੀਤਾ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਇਹ ਗਾਣਾ ਪਹਿਲੀ ਵਾਰ ਰਿਲੀਜ਼ ਕੀਤਾ ਗਿਆ ਜਿਸ ਨੇ 27 28 ਮਿੰਟ ਦੇ ਵਿੱਚ ਮਿਲੀਅਨ ਵਿਊ ਜਿਹੜੇ ਸੀ हासिल ਕਰ ਲਈ ਸੀ ਪਰ ਫਿਲਹਾਲ ਇਸ ਗਾਣੇ ਦੀ ਸਫਲਤਾ ਜਿਹੜੀ ਸੀ 29 ਮਿਲੀਅਨ ਹੋ ਚੁੱਕੀ ਸੀ ਫਿਰ ਇਸ ਗਾਣੇ ਨੂੰ ਬੈਨ ਕਿਉਂ ਕੀਤਾ ਗਿਆ ਇਹ ਗੱਲ ਵਾਰ-ਵਾਰ ਕਹੀ ਜਾ ਰਹੀ ਹੈ ਉਧਰ ਜਸਸੀ ਜਸਰਾਜ ਹੋਰਾਂ ਨੇ ਵੀ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਸਾਧਦੇ ਨੇ ਦੱਸਿਆ ਹੈ ਕਿ ਇਸ ਵਿੱਚ ਕੇਂਦਰ ਸਰਕਾਰ ਦੀ ਕੋਈ ਵੀ ਚਾਲ ਨਹੀਂ ਹੈ ਜੇ ਕੇਂਦਰ ਸਰਕਾਰ ਚਾਹੁੰਦੀ ਜਿਸ ਦਿਨ ਇਹ ਗਾਣਾ ਰਿਲੀਜ਼ ਹੋਇਆ ਸੀ ਉਸੇ ਦਿਨ ਇਹਨੂੰ ਪੈਨ ਕੀਤਾ ਜਾ ਸਕਦਾ ਸੀ ਪਰ ਇਹ ਗਾਣਾ ਬਾਅਦ ਵਿੱਚ ਹੀ ਬੈਨ ਕਿਉਂ ਹੁੰਦਾ ਹੈ ਕਿਉਂਕਿ ਸੰਗਰੂਰ ਚੋਣਾ ਦੇ ਜਿਸ ਦਿਨ ਨਤੀਜੇ ਆਉਂਦੇ ਨੇ ਉਸ ਦਿਨ ਹੀ ਇਹ ਗਾਣਾ ਬੈਨ ਕਿਉਂ ਹੁੰਦਾ ਹੈ ਇਹ ਸਵਾਲ ਕਰਕੇ ਆਮ ਆਦਮੀ ਪਾਰਟੀ ਨੂੰ ਘੇਰ ਲਿਆ ਜੱਸੀ ਜਸਰਾਜ ਨੇ ਹੁਣ ਵੇਖਣਾ ਹੋਵੇਗਾ ਕਿ ਇਸ ਗਾਣੇ ਤੋਂ ਬੈਨ ਹਟਾ ਦਿੱਤਾ ਜਾਂਦਾ ਹੈ ਤੇ ਜਾਂ ਫਿਰ ਇਸ ਤਰ੍ਹਾਂ ਬੈਨ ਇਸਤੇ ਜਾਰੀ ਹੀ ਰਹੇਗਾ ਭਾਰਤ ਦੇ ਵਿੱਚ ਇਹ ਕੁਝ ਵੀ ਕਿਹਾ ਨਹੀਂ ਜਾ ਸਕਦਾ ਕਿਉਂਕਿ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਉੱਪਰ ਵੀ ਵਿਧਾਨ ਸਭਾ ਦੇ ਵਿੱਚ ਵੀ ਗੱਲ ਚੱਲੀ ਹੈ ਕੁਮਰ ਵਿਜੇ ਪ੍ਰਤਾਪ ਹੋਰਾਂ ਨੇ ਲਾਰੈਂਸ ਬਿਸ਼ਨੋਈ ਨੂੰ ਬੀਬੀਆਈਪੀ ਟ੍ਰੀਟਮੈਂਟ ਦੇਣ ਤੇ ਵੀ ਸਵਾਲ ਚੁੱਕੇ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਸਵਾਲ ਜਿਹੜੇ ਨੇ ਖੜੇ ਕਰ ਦਿੱਤੇ ਗਏ ਨੇ ਹੁਣ ਵੇਖਣਾ ਹੋਵੇਗਾ ਕਿ ਭਗਵੰਤ ਮਾਨ ਸਰਕਾਰ ਇਹਨਾਂ ਚੀਜ਼ਾਂ ਤੇ ਗੌਰ ਫਰਮਾਉਂਦੀ ਹੈ ਤੇ ਜਾਂ ਫਿਰ ਨਾ ਤਾਂ ਜਾਂ ਫਿਰ ਇਹ ਗੱਲਾਂ ਇਸੇ ਤਰ੍ਹਾਂ ਦਬ ਕੇ ਰਹਿ ਜਾਂਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਜਿਸ ਤਰ੍ਹਾਂ ਗੋਲੀਆਂ ਮਾਰ ਕੇ ਕਤਲ ਹੋਇਆ ਹੈ ਪੰਜਾਬ ਦੇ ਵਿੱਚ ਉਸ ਤੋਂ ਪਹਿਲਾਂ ਕੁਝ ਹੋਰ ਵੀ ਗਾਇਕ ਰਹੇ ਨੇ ਕਲਾਕਾਰ ਰਹੇ ਨੇ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਇਸੇ ਤਰ੍ਹਾਂ ਕਤਲ ਕੀਤਾ ਗਿਆ ਹੈ ਸਿੱਧੂ ਮੂਸੇਵਾਲੇ ਤੋਂ ਇਲਾਵਾ ਇਹਨਾਂ ਗਾਇਕਾਂ ਦਾ ਵੀ ਗੋਲੀਆਂ ਮਾਰ ਕੇ ਕਤਲ ਹੋਇਆ ਸੀ ਗੱਲ ਜਿਹੜੀ ਹੈ ਆਪਾਂ ਉੱਥੇ ਹੀ ਲਿਆਵਾਂਗੇ ਜਿੱਥੇ ਕਿ ਇਸ ਗੱਲ ਨੂੰ ਸ਼ੁਰੂ ਕੀਤਾ ਗਿਆ ਸੀ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਬੀਤੀ 29 ਮਈ 2022 ਨੂੰ ਕੀਤਾ ਗਿਆ ਸੀ ਤੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਜ਼ਾਲਮਾਂ ਦੇ ਵੱਲੋਂ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਗਮ ਦੀ ਲਹਿਰ ਫੈਲ ਗਈ ਸੀ ਸਿੱਧੂ ਮੂਸੇਵਾਲੇ ਦਾ ਕਤਲ ਉਸ ਸਮੇਂ ਕਰ ਦਿੱਤਾ ਗਿਆ ਸੀ ਜਦੋਂ ਉਸ ਦਾ ਕੈਰੀਅਰ ਬੁਲੰਦੀਆਂ ਤੇ ਸੀ ਅੱਜ ਤੁਹਾਨੂੰ ਦੱਸਾਂਗੇ ਕਿ ਸਿਰਫ ਸਿੱਧੂ ਦਾ ਕਤਲ ਹੀ ਨਹੀਂ ਪੰਜਾਬ ਦੇ ਕੁਝ ਅਜਿਹੇ ਗਾਇਕ ਸੀ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦਾ ਵੀ ਕਤਲ ਕੀਤਾ ਗਿਆ ਸੀ ਤੇ ਇਸ ਗਾਇਕ ਜੋੜੀ ਦਾ ਕਤਲ ਉਸ ਵੇਲੇ ਕਰ ਦਿੱਤਾ ਗਿਆ ਸੀ ਜਦੋਂ ਇਹ ਗਾਇਕ ਜੋੜੀ ਕਿਸੇ ਅਖਾੜੇ ਦੇ ਵਿੱਚ ਪਰਫਾਰਮ ਕਰਨ ਤੋਂ ਬਾਅਦ ਵਾਪਸ ਆਪਣੇ ਘਰ ਆ ਰਹੇ ਸੀ ਪਰ ਰਸਤੇ 'ਚ ਦੋਵਾਂ ਦਾ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹ ਉਹਨਾਂ ਦਾ ਕਤਲ ਕਿਸੇ ਨੇ ਗੀਤਾ ਸੀ ਇਹ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਇਸ ਤੋਂ ਇਲਾਵਾ ਇੱਕ ਹੋਰ ਵੀ ਗਾਇਕ ਸੀ ਜਿਸ ਨੇ ਪੰਜਾਬੀ ਇੰਡਸਟਰੀ ਨੂੰ अनेका ਹੀ ਹਿੱਟ ਗੀਤ ਦਿੱਤੇ ਨੇ ਉਸ ਦੇ ਗੀਤਾਂ ਨੂੰ ਸਰੋਤੇ ਅੱਜ ਵੀ ਉਹਨਾਂ ਹੀ ਪਸੰਦ ਕਰਦੇ ਨੇ ਜਿਨ੍ਹਾਂ ਕੇ 90 ਦੇ ਦਹਾਕੇ ਵਿੱਚ ਪਸੰਦ ਕਰਦੇ ਸੀ ਅਸੀਂ ਇਹ ਗੱਲ ਕਰ ਰਹੇ ਹਾਂ ਜੀ ਦਿਲਸ਼ਾਦ ਅਖਤਰ ਦੀ ਉਹਨਾਂ ਦੀ ਸਾਫ਼ ਸੁਥਰੀ ਗਾਇਕੀ ਦੀ ਬਦੌਲਤ ਹੀ ਹਰ ਕਿਸੇ ਦੀ ਉਹ ਪਹਿਲੀ ਪਸੰਦ ਬਣ ਚੁੱਕੇ ਸੀ ਜਦੋਂ ਕਿਸੇ ਦਿਲਸ਼ਾਦ ਅਖਤਰ ਦਾ ਕੋਈ ਅਖਾੜਾ ਲੱਗਦਾ ਸੀ ਤਾਂ ਲੋਕ ਵਿਹੀਰਾ ਘੱਤ ਕੇ ਉਹਨਾਂ ਦੇ ਅਖਾੜੇ ਸੁਣਨ ਦੇ ਲਈ ਪਹੁੰਚ जाया ਕਰਦੇ ਸੀ ਪੰਜਾਬੀ ਗਾਇਕ ਦੀਆਂ ਬੁਲੰਦੀਆਂ ਨੂੰ ਛੂਣ ਵਾਲਾ ਇਹ ਗਾਇਕ ਇਸੇ ਤਰ੍ਹਾਂ ਕਿਸੇ ਦੇ ਵਿਆਹ ਤੇ ਪ੍ਰੋਗਰਾਮ ਦਾ ਅਖਾੜਾ ਲਾਉਣ ਪਹੁੰਚਿਆ ਹੋਇਆ ਸੀ ਤੇ ਪਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ ਚ ਗਾਉਣ ਲਈ ਗਏ ਇਸ ਗਾਇਕ ਇਸ ਗੱਲ ਦਾ ਰੱਤੀ ਭਰਦਾ ਅਹਿਸਾਸ ਨਹੀਂ ਸੀ ਕਿ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਤੇ ਜਾਂ ਫਿਰ ਆਖਰੀ ਅਖਾੜਾ ਹੋਏਗਾ ਉਹ ਵਿਆਹ ਦੇ ਵਿੱਚ ਗਾ ਗਾ ਰਹੇ ਸੀ ਤਾਂ ਸ਼ਰਾਬੀ ਹਾਲਤ ਦੇ ਵਿੱਚ ਸਵਰਨ ਸਿੰਘ ਨਾਮ ਦੇ ਡੀਐਸਪੀ ਸਵਰਨ ਸਿੰਘ ਹੁੰਦਲ ਨੇ ਪਰਫਾਰਮਸ ਕੀਤੀ ਤਾਂ ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ ਗੀਤ गा ਕੇ ਸੁਣਾਵੇ ਪਰ ਦਿਲਸ਼ਾਦ ਅਖਤਰ ਨੇ ਆਖਿਆ ਕਿ ਉਹ ਆਪਣੇ ਹੀ ਗਾਉਂਦੇ ਨੇ ਕਿਸੇ ਹੋਰ ਦਾ ਨਹੀਂ ਜਿਸ ਨੇ ਜਿਸ ਤੇ ਨਸ਼ੇ ਚਟੱਲੀ ਹੋਏ ਪੁਲਿਸ ਵਾਲੇ ਨੇ ਆਪਣੇ ਗਨਮੈਨ ਦੀ ਬੰਦੂਕ ਖੋ ਕੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਸੀ ਦਿਲਸ਼ਾਦ ਅਕਤਰ ਹੋਇਆ ਅਮਰ ਸਿੰਘ ਚਮਕੀਲਾ ਹੋਇਆ ਇਹਨਾਂ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਕਾਤਲ ਹਜੇ ਤੱਕ ਵੀ ਫੜੇ ਨਹੀਂ ਗਏ ਕਿੰਨੇ ਕਤਲ ਕੀਤਾ ਕਿਸ ਨੇ ਕਰਵਾਇਆ ਕਿਉਂ ਕੀਤਾ ਗਿਆ ਇਹ ਸਾਰੀਆਂ ਗੱਲਾਂ ਜੜੀਆਂ ਨੇ ਸਵਾਲ ਬਣ ਕੇ ਹੀ ਜੜੀਆਂ ਫਾਈਲਾਂ ਦੇ ਵਿੱਚ ਦਬ ਕੇ ਗੱਲਾਂ ਰਹਿ ਚੁੱਕੀਆਂ ਨੇ ਪਰ ਫਿਲਹਾਲ ਕੁਝ ਵੀ ਇਸ ਗੱਲ ਬਾਰੇ ਕਿਹਾ ਨਹੀਂ ਜਾ ਸਕਦਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਵੀ ਫਾਈਲਾਂ ਦੇ ਵਿੱਚ ਹੀ ਦਬਕੇ ਰਹੇਗਾ ਇਨਸਾਫ ਸਿਰਫ ਫਾਈਲਾਂ ਦੇ ਵਿੱਚ ਮਿਲੇਗਾ ਤੇ ਜਾਂ ਫਿਰ ਰੀਅਲ ਜ਼ਿੰਦਗੀ ਦੇ ਵਿੱਚ ਮਿਲ ਸਕਦਾ ਹੈ ਇਹ ਹਲੇ ਸਵਾਲ ਜਿਹੜੇ ਨੇ ਬਣੇ ਹੋਏ ਨੇ ਸੋ ਮਿਲਦਿਆਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ